हाय जोड़ी तेरी मेरी जिवें कोका कोला नाल सोफिया दारू नी, हाय जोड़ी तेरी मेरी। कुड़ी पटले गबरुआ गल्ला शहद वर्गिया मिठिया मिठिया करके वे, कुड़ी पटली गबरुआ। सो तुसी जद काम कर रहे सी नाल तुसी आपस च बैठ के कुछ गल करदे सी तां एक्टिंग बारे ज्यादा गल करदे सी या म्यूजिक बारे ज्यादा गल करदे सी? नहीं, साडियां गल्लां होर ही चलदियां रही साडियां गल्लां होर ही चलदियां रहनी ना, एक्टिंग ना सिंगिंग ना कोई होर, साडे कोई होर पर। अच्छा, काम बारे इन्नी डिस्कशन नहीं सी? नहीं नहीं करदे काम बारे गल्लां, काम बारे गल्लां करन काम वाले। हाय दिलजीत, हाय निमृत, वेलकम टू द इंडियन एक्सप्रेस, सत श्री अकाल। ਤੁਸੀਂ ਆਪਣੀ ਇੱਕ ਨਵੀਂ ਮੂਵੀ ਲੈ ਕੇ ਆ ਰਹੇ ਹੋ ਜੋੜੀ। ਦਿਲਜੀਤ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਤਾਂ ਕੈਲੀਫੋਰਨੀਆ ਤੋਂ ਚੰਡੀਗੜ੍ਹ ਸਭ ਦੇ ਦਿਲ ਜਿੱਤਦੇ ਆ ਰਹੇ ਹੋ, ਮੈਂ ਵੀ ਦੇਖੋ ਆਪਣੀ ਸ਼ਰਟ 'ਤੇ ਦਿੱਲੀ ਬਣਾ ਕੇ ਆ ਗਈ ਅੱਜ ਤੁਹਾਡੇ ਲਈ, ਅਤੇ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿਵੇਂ ਲੱਗ ਰਿਹਾ ਆਪਣੀ ਲੈਂਗੁਏਜ, ਤੁਸੀਂ ਫਿਲਮ ਲੈ ਕੇ ਆ ਰਹੇ ਹੋ, ਬਾਹਰ ਵੀ ਕੰਮ ਕਰਦੇ ਹੋ ਅਤੇ ਹੁਣ ਆਪਣੀ ਸਿਟੀ ਦੇ ਵਿੱਚ ਆਪਣੀ ਲੈਂਗੁਏਜ ਫਿਲਮ ਲੈ ਕੇ ਆ ਰਹੇ ਹੋ ਤੁਸੀਂ? ਬਹੁਤ ਬਹੁਤ ਚੰਗਾ ਲੱਗਦਾ ਜੀ, ਹਰ ਵਾਰ ਜਦੋਂ ਪੰਜਾਬੀ ਫਿਲਮ ਆਉਂਦੀ ਆ ਉਦੋਂ ਮੈਂ ਬਹੁਤ ਐਕਸਾਈਟਡ ਹੁੰਦਾ, ਕਿਉਂਕਿ ਆਪਣੀ ਆਪਣੀ ਲੈਂਗੁਏਜ ਦੀ ਫਿਲਮ ਆ ਨਾ ਜੀ, ਅਤੇ ਬਹੁਤ ਮਜ਼ਾ ਆਉਂਦਾ ਜੀ। ਫੀਲਿੰਗ ਕੁਝ ਵੱਖਰੀ ਹੁੰਦੀ ਹੈ? 100% ਵੱਖਰੀ ਹੁੰਦੀ ਹੈ। ਨਿਮਰਤ, ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਜਦ ਵੀ ਕੋਈ ਮੇਲ ਆਰਟਿਸਟ ਪਾਪੂਲਰ ਹੁੰਦਾ ਹੈ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਲੇਕਿਨ ਜਦ ਵੀ ਕੋਈ ਫੀਮੇਲ ਆਰਟਿਸਟ ਅੱਗੇ ਆਉਂਦੇ ਹੈ ਅਤੇ ਯੂ ਨੋ ਵਰਲਡ ਵਾਈਡ ਫੇਮਸ ਹੁੰਦੇ ਆ, ਮੈਨੂੰ ਐਕਸਟਰਾ ਖੁਸ਼ੀ ਹੁੰਦੀ ਹੈ। ਆਮ ਸੋਰੀ, ਮੈਂ ਥੋੜ੍ਹੀ ਬਾਇਸਡ ਹੈ, ਬਟ ਮੇਰੇ ਨਾਲ ਇਹ ਹੁੰਦਾ ਹੈ। ਰੱਜ ਕੇ ਹੋ ਤਾਂ ਨਿਮਰਤ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਜੋੜੀ ਫਿਲਮ ਲਈ ਜੋ May 5 ਨੂੰ ਆ ਰਹੀ ਹੈ? ਬਹੁਤ ਵਧੀਆ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਔਰ 5 May ਨੂੰ ਤੁਸੀਂ ਸਾਰੇ ਜਾਣੇ ਦੇਖਿਓ, ਬਹੁਤ ਸੋਹਣੀ ਮੂਵੀ ਆ। ਤੁਸੀਂ ਇਹ ਇੱਕ ਰੋਮਾਂਟਿਕ ਮਿਊਜ਼ਿਕ ਮਿਊਜ਼ਿਕਲ ਹੈ, ਸੋ ਕਿਵੇਂ ਤੁਹਾਡੀ ਰੋਮਾਂਸ ਲਵ ਕਿਵੇਂ ਰਿਹਾ ਦਿਲਜੀਤ ਜੀ ਨਾਲ? ਉਹ ਤਾਂ ਤੁਸੀਂ ਦੇਖੋਗੇ 5 ਤਰੀਕ ਨੂੰ। ਪਰਸਨਲ ਐਕਸਪੀਰੀਅੰਸ ਵੈਸੇ ਐਜ਼ ਐਨ ਆਰਟਿਸਟ, ਉਹ ਤਾਂ ਵੇਖਾਂਗੇ ਅਸੀਂ ਡੈਫੀਨੇਟਲੀ ਜਾ ਕੇ। ਬਹੁਤ ਵਧੀਆ ਵਧੀਆ ਰਿਹਾ। ਹਾਂਜੀ, ਓਕੇ। ਸੋ ਦਿਲਜੀਤ, ਮੈਂ ਟ੍ਰੇਲਰ ਵੇਖਿਆ ਅਤੇ ਉਸ 'ਚ ਮਿਊਜ਼ਿਕ ਵੀ ਬਹੁਤ ਹੁਣ ਫੋਕ ਕਿਸਮ ਦਾ ਹੈ, ਸੋ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਨਤਾ ਬਹੁਤ ਇਸ ਬਾਰੇ ਐਕਸਾਈਟਿਡ ਹੋਊਗੀ, ਬਿਕੋਜ਼ ਕੰਟੈਂਪਰੇਰੀ ਅਰਬਨ ਦੇ ਨਾਲ ਜਦੋਂ ਅਸੀਂ ਫੋਕ ਤੋਂ ਟੱਚ ਹਟ ਜਾਂਦਾ ਥੋੜ੍ਹਾ ਜਿਹਾ ਅਤੇ ਮੁੜ ਅਸੀਂ ਉੱਥੇ ਜਾਂਦੇ ਹਾਂ ਤਾਂ ਇੱਕ ਨਵੀਂ ਯੂ ਨੋ ਫੀਲਿੰਗ ਜਨਰੇਟ ਹੁੰਦੀ ਹੈ। ਹਾਂਜੀ, ਹਰ ਰੋਜ਼ ਤਾਂ ਸਾਨੂੰ ਇੱਦਾਂ ਦਾ ਮਿਊਜ਼ਿਕ ਕਰਨ ਦਾ ਮੌਕਾ ਮਿਲਦਾ। ਐਗਜੈਕਟਲੀ, ਐਜ਼ ਐਨ ਆਰਟਿਸਟ ਤਾਂ ਹੁਣ ਇੱਦਾਂ ਦੇ ਗਾਣੇ ਕਰ ਹੀ ਨਹੀਂ ਸਕਦੇ ਅਸੀਂ, ਸੋ ਇੱਕ ਵਧੀਆ ਮੌਕਾ ਸੀ ਸਾਡੇ ਸਾਰਿਆਂ ਲਈ, ਔਰ ਮੈਨੂੰ ਲੱਗਦਾ ਦੇਖਣ ਸੁਣਨ ਵਾਲਿਆਂ ਲਈ ਵੀ ਇੱਕ ਵਧੀਆ ਮੌਕਾ ਸੀ ਜੀ। ਔਰ ਹੁਣ 5 ਨੂੰ ਇੰਜੋਏ ਕਰਨਗੇ ਉਹ, ਇਦਾਂ ਦੇ ਗਾਣੇ, ਇਦਾਂ ਦੀ ਫਿਲਮ, ਇਹ ਐਰਾ, ਬਾਰ-ਬਾਰ ਤਾਂ ਇਦਾਂ ਦੀ ਫਿਲਮ ਨਹੀਂ ਬਣਦੀ ਜੀ। ਤੇ ਇਸ ਫਿਲਮ 'ਚ ਦੇਖੀਏ, ਇੱਕ ਪੀਰੀਓਡੀਕਲ ਹੈ, ਉਸ ਸਮੇਂ 'ਚ ਇਹ ਜਿਹੜੇ ਗਾਣੇ ਵੀ ਸੀ ਇਹ ਥੋੜੇ ਅੱਗੇ ਦੇ ਯੂ ਨੋ ਕਮਿੰਗ ਆਫ ਏਜ, ਲਾਈਕ ਉਦਾਂ ਦੇ ਮਿਊਜ਼ਿਕ ਲਈ ਇਹ ਮਾਡਰਨ ਗਾਣੇ ਸੀਗੇ ਜਿਸ ਪੀਰੀਅਡ 'ਚ ਤੁਸੀਂ ਇਹ ਗਾਣੇ ਗਾਏ ਹੈ ਫਿਲਮ ਦੇ ਵਿੱਚ, ਸੋ ਤੁਸੀਂ ਵੀ ਆਪਣੇ ਮਿਊਜ਼ਿਕ 'ਚ ਐਕਸਪੈਰੀਮੈਂਟੇਸ਼ਨ ਐਂਡ ਉਹ ਅੱਗੇ ਵਧੂ ਵਾਲੀ ਸੋਚ ਇਨਕੋਰਪੋਰੇਟ ਕਰਨ 'ਚ ਦੋਨੋਂ ਮਤਲਬ ਤੁਹਾਨੂੰ ਪਸੰਦ ਹੈ ਜਾਂ ਤੁਸੀਂ ਜਿਹੜੇ ਪੁਰਾਣੇ ਗਾਣੇ ਆ ਉਹਨਾਂ ਨੂੰ ਹੀ ਮਤਲਬ ਪ੍ਰੈਫਰ ਕਰਦੇ ਹੋ? ਲਾਈਕ ਇੰਡਸਟਰੀ 'ਚ ਮਿਊਜ਼ਿਕ ਟੇਸਟ ਚੇਂਜ ਹੁੰਦੇ ਆ, ਸੋ ਤੁਸੀਂ ਕਿੰਨਾ ਕੁ ਐਕਸਪੈਰੀਮੈਂਟੇਸ਼ਨ ਅਤੇ ਉਸ 'ਚ ਮਤਲਬ ਬਿਲੀਵ ਕਰਦੇ ਹੋ? ਦੇਖੋ ਜੇ ਅੱਜ ਤੱਕ ਸੁਣੇ ਜਾ ਰਹੇ ਹਾਂ ਤਾਂ ਇਟ ਮੀਨਸ ਕੁਝ ਨਾ ਕੁਝ ਤਾਂ ਕਰ ਚੇਂਜ ਕਰਦੇ ਰਹੇ ਹਾਂ, ਤਾਂ ਹੀ ਸੁਣੇ ਜਾ ਰਹੇ ਹਾਂ, ਨਹੀਂ ਤਾਂ ਫਿਰ ਇੱਕੋ ਜਿਹਾ ਕੰਮ ਕਰੀ ਜਾਂਦੇ ਫਿਰ ਤਾਂ ਉਹ ਜੀ। ਸੋ ਤੁਸੀਂ ਜਦ ਕੰਮ ਕਰ ਰਹੇ ਸੀ ਨਾਲ ਤੁਸੀਂ ਆਪਸ 'ਚ ਬਹਿ ਕੇ ਕੁਝ ਗੱਲ ਕਰਦੇ ਸੀ ਤਾਂ ਐਕਟਿੰਗ ਬਾਰੇ ਜ਼ਿਆਦਾ ਗੱਲ ਕਰਦੇ ਸੀ ਜਾਂ ਮਿਊਜ਼ਿਕ ਬਾਰੇ ਜ਼ਿਆਦਾ ਗੱਲ ਕਰਦੇ ਸੀ? ਨਹੀਂ, ਸਾਡੀਆਂ ਗੱਲਾਂ ਹੋਰ ਹੀ ਚੱਲਦੀਆਂ ਰਹੀਆਂ, ਸਾਡੀਆਂ ਗੱਲਾਂ ਹੋਰ ਹੀ ਚੱਲਦੀਆਂ ਰਹਿੰਦੀਆਂ, ਨਾ ਐਕਟਿੰਗ ਨਾ ਸਿੰਗਿੰਗ ਨਾ ਕੋਈ ਹੋਰ, ਸਾਡੀਆਂ ਕੋਈ ਹੋਰ ਪਰਸਨਲ। ਅੱਛਾ, ਕੰਮ ਬਾਰੇ ਇੰਨੀ ਡਿਸਕਸ਼ਨ ਨਹੀਂ ਸੀ? ਨਹੀਂ ਨਹੀਂ ਕਰਦੇ ਕੰਮ ਬਾਰੇ ਗੱਲਾਂ, ਕੰਮ ਬਾਰੇ ਗੱਲਾਂ ਕਰਨ ਕੰਮ ਵਾਲੇ, ਸਾਡੀਆਂ ਹੋਰ ਵੀ ਗੱਲਾਂ ਚੱਲਦੀਆਂ। ਤੇ ਨਿਮਰਤ, ਤੁਹਾਡੇ ਕੈਰੈਕਟਰ ਵਿੱਚ ਐਸੇ ਕੁਝ ਐਲੀਮੈਂਟਸ ਦੇਖਣ ਨੂੰ ਮਿਲਣਗੇ ਜੋ ਸ਼ਾਇਦ ਤੁਹਾਡੀ ਪਰਸਨੈਲਿਟੀ ਨਾਲ ਵੀ ਰਿਲੇਟ ਕਰਦੇ ਹਨ? ਮੈਨੂੰ ਤਾਂ ਤੁਸੀਂ ਬਹੁਤ ਸ਼ਾਈ, ਸਵੀਟ ਇੱਦਾਂ ਦੇ ਲੱਗ ਰਹੇ ਹੋ, ਮੈਨੂੰ ਨਹੀਂ ਪਤਾ ਕਿ ਉਹ ਪਿਕਚਰ ਵਾਲਾ ਕੈਰੈਕਟਰ ਤੇ ਆਹ ਕੈਰੈਕਟਰ। ਜਦੋਂ ਇਹਨੂੰ ਕੋਈ ਇਦਾਂ ਕਹਿੰਦਾ ਮਾਲੀ ਮੈਨੂੰ ਇਦਾਂ ਦੇਖਦੀ ਹੈ ਵਿੱਚ, ਸੁਣ ਰਿਹਾ ਹਾਂ ਜੀ? ਦੇਖੋ ਦੇਖੋ, ਅਪੀਅਰੈਂਸ ਤਾਂ ਹੀ ਹੈ ਸ਼ਾਈ ਸਵੀਟ। ਹਾਂਜੀ, ਕਾਮ ਐਂਡ ਕੰਪੋਜ਼ਡ ਕੁੜੀ ਇਹ ਹੈ ਕਿ ਮਤਲਬ ਇਹ ਪਰਸੋਨਾ ਹੈ ਕਾਮ ਐਂਡ ਕੰਪੋਜ਼ਡ? ਤੇ ਤੁਸੀਂ ਉਹਨੇ ਮਤਲਬ ਨਾ ਪੁੱਛੋ, ਸਾਨੂੰ ਦੋਨਾਂ ਨੂੰ ਨਹੀਂ ਪਤਾ, ਮਤਲਬ ਮੈਨੂੰ ਪਤਾ, ਤੁਹਾਨੂੰ ਦੋਨਾਂ ਨੂੰ ਪਤਾ ਹੈ? ਤੁਹਾਨੂੰ ਪਤਾ? ਮੈਨੂੰ ਪਤਾ, ਬਸ ਠੀਕ ਹੈ, ਮੈਂ ਸਮਝ ਗਈ, ਜਨਤਾ ਵੀ ਸਮਝ ਗਈ, ਜਨਤਾ ਨੂੰ ਪਤਾ, ਤੁਹਾਨੂੰ ਵੀ ਪਤਾ ਹੈ, ਬਸ ਸਾਨੂੰ ਨਾ ਪੁੱਛ ਲਿਓ, ਸਾਨੂੰ ਦੋਨਾਂ ਨੂੰ ਨਹੀਂ ਪਤਾ। ਤੇ ਤੁਹਾਡਾ ਕੈਰੈਕਟਰ ਜਿਹੜਾ ਹੈ ਉਹ ਤੁਹਾਡੀ ਆਪਦੀ ਪਰਸਨੈਲਿਟੀ ਹੈ, ਤੁਹਾਡੀ ਜਰਨੀ ਨਾਲ ਕੁਝ ਐਲੀਮੈਂਟਸ ਇਦਾਂ ਦੇ ਹੈ ਕਿ ਹਾਂ ਜਦ ਮੈਂ ਆਪਣੀ ਜਰਨੀ 'ਚ ਜਾ ਰਿਹਾ ਸੀ ਉਦੋਂ ਮੈਂ ਵੀ ਇਦਾਂ ਹੀ ਸੀ ਜਾਂ ਮੇਰੇ ਨਾਲ ਵੀ ਇਦਾਂ ਹੋਇਆ ਸੀ, ਕੁਝ ਰਿਲੇਟ ਕਰ ਪਾਉਂਦੇ ਹੋ ਤੁਸੀਂ? ਨਹੀਂ, ਇਹ ਕਿਰਦਾਰ ਹੋਰ ਹੈ ਜੀ, ਮੇਰਾ ਆਪਣਾ ਥੈਰ ਡਿਫਰੈਂਟ ਹੈ, ਮੇਰਾ ਤਾਂ ਪਰਸਨਲ ਡਿਫਰੈਂਟ ਹੈ ਜੀ ਕਿਰਦਾਰ, ਮੈਂ ਇਦਾਂ ਦਾ ਨਹੀਂ ਸੀ। ਤੁਸੀਂ ਇਦਾਂ ਦੇ ਨਹੀਂ? ਫਿਰ ਤੁਸੀਂ ਕਿਵੇਂ ਹੋ ਕੰਮ ਕੰਪੋਜ਼ਡ?
ਮੈਂ ਵੀ ਡਿਟੋ ਕਾਮ ਐਂਡ ਕੰਪੋਜ਼ਡ ਤਾਂ ਹੀ ਜੋੜੀ ਬਣਦੀ ਅੱਛਾ ਇਹ ਤਾਂ ਅੱਛਾ ਸਿਮਿਲਰਸ ਦੀ ਜੋੜੀ ਬਣਦੀ ਹੈ ਇਹ ਸਾਡੀ ਇਦਾਂ ਬਣੀ ਅੱਛਾ ਤੁਹਾਡੀ ਇਦਾਂ ਵੈਸੇ ਆਪੋਜ਼ਿਟ ਦੀ ਵੀ ਬਣਦੀ ਹੈ ਕੋਈ ਇਦਾਂ ਦੀ ਮੈਂ ਕਹਾਂ ਕਿਤੇ ਮੈਂ ਤਾਂ ਗਲਤਾਂ ਨਹੀਂ ਮੈਨੂੰ ਦੂਜੇ ਤਰ੍ਹਾਂ ਦੇ ਪਸੰਦ ਆਉਂਦੇ ਆਪਣੇ ਨਾਲ ਨਹੀਂ 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 ਕਈ ਵਾਰੀ ਸੇਮ ਨੇਚਰ ਵਾਲੇ ਲੋਕ ਵੀ ਪਸੰਦ ਆ ਜਾਂਦੇ ਤੁਹਾਨੂੰ ਜੀ ਸੋ ਮੈਂ ਕਿਉਂਕਿ ਆਪਣੇ ਕੋਲ ਟਾਈਮ ਬਹੁਤ ਸ਼ਾਰਟ ਹੈ ਤੁਸੀਂ ਮੈਨੂੰ ਕੁਝ ਮਿਊਜ਼ੀਕਲ ਪੀਸ ਸੁਣਾ ਸਕਦੇ ਹੋ ਤੁਸੀਂ ਦੋਨੋਂ ਹੀ ਸਿੰਗਰਸ ਹੋ ਐਕਟਿੰਗ ਕਰਨ ਲਈ ਤਾਂ ਮੈਨੂੰ ਇਦਾਂ ਮੈਂ ਨਹੀਂ ਕਹਿਣਾ ਚਾਹੁੰਦਾ ਹੈ ਪੀਸ ਮਿਊਜ਼ਿਕ ਪੀਸ ਮਤਲਬ ਕੋਈ ਗਾਣਾ ਅੱਛਾ ਕੋਈ ਗਾਣਾ ਮੈਂ ਕੋਈ ਪੀਸ ਲੱਗਾ ਸੀ ਟਨ 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 ਨਹੀਂ ਮੈਨੂੰ ਉਹ ਜਿਹੜੇ ਗਾਣੇ ਤੁਸੀਂ ਗਾਏ ਹੈ ਫੋਕ ਉਹ ਹਾਏ ਜੋੜੀ ਤੇਰੀ ਮੇਰੀ ਜਿਵੇਂ ਕੋਕਾ ਕੋਲਾ ਨਾਲ ਸੋਫੀਆ ਦਾਰੂ ਨੀ ਹਾਏ ਜੋੜੀ ਤੇਰੀ ਮੇਰੀ ਕੁੜੀ ਪੱਟ ਲਈ ਗੱਬਰੂਆ ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ ਕੁੜੀ ਪੱਟ ਲਈ ਗੱਬਰੂਆ थैंक यू सो मच ते मैं बहुत बहुत बेस्ट विशेज देना चाहनी मैं चाहनी तुसी ऐ ही साडे पंजाब नू पूरी दुनिया च बखेर के मतलब बखेर के इन द सेंस फेमस करके मैं थोड़ी गल समझ गए ना कोई नहीं कोई नहीं फिर एक्साइटेड है बहुत लोग ना पीछे पेंदे शब्दां दे बंदा कहना कुछ और चाहंदा कई बारी कुछ शब्द निकल आ जांदे पीछे पै जांदे मतलब फीलिंग तो समझो फीलिंग समझो साडी जज्बात समझो सी पंजाबी हुन्ने आ साडे दिल चंगे हुंदे हां जज्बात थोड़े प्योर है जी कोई गल नहीं फिकर ना करो ठीक है थैंक यू सो मच धन्यवाद